ਆ ਤਾਂ ਚੋਰਾਂ ਨੇ ਹੱਦ ਹੀ ਲਾ ਦਿੱਤੀ ਹੈ। ਦੱਸ ਦਈਏ ਕਿ ਚੋਰਾਂ ਦੀ ਇਹ ਗਿਰੀ ਹੋਈ ਹਰਕਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਨ੍ਹਾਂ ਨੇ ਕਿ ਗਲੀ ਦੇ ਵਿੱਚ ਸੀਵਰੇਜ ਦਾ ਲੋਹੇ ਦਾ ਢੱਕਣ ਹੀ ਗਾਇਬ ਕਰ ਦਿੱਤਾ ਹੈ। ਪਰ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਚੋਰ ਆਉਂਦੇ ਦਿਖਾਈ ਦੇ ਰਹੇ ਨੇ ਤੇ ਆਉਂਦੇ ਸਾਰ ਹੀ ਇਹਨਾਂ ਦੇ ਵੱਲੋਂ ਜੋ ਸੀਵਰੇਜ ਦਾ ਢੱਕਣ ਹੈ ਲੋਹੇ ਦਾ, ਉਸ ਨੂੰ ਆਪਣੇ ਨਾਲ ਚੁੱਕ ਕੇ ਲੈ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤੇ ਮਾਮਲਾ ਇਹ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਅੱਗੇ ਮਹਿੰਗੇ ਮੁੱਲ ਦੇ ਸਮਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਉੱਥੇ ਹੁਣ ਚੋਰਾਂ ਨੇ ਸੀਵਰੇਜ ਦੇ ਢੱਕਣ ਵੀ ਹੁਣ ਨਹੀਂ ਛੱਡ ਰਹੇ। ਤਾਂ ਦੱਸ ਦਈਏ ਕਿ ਬਟਾਲਾ ਦੇ ਵਿੱਚ ਗਲੀ 'ਚ ਲੱਗਿਆ ਸੀਵਰੇਜ ਦਾ ਢੱਕਣ ਚੋਰੀ ਹੋਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਆ ਤਾਂ ਚੋਰਾਂ ਨੇ ਹੱਦ ਹੀ ਲਾ ਦਿੱਤੀ ਹੈ। ਦੱਸ ਦਈਏ ਕਿ ਚੋਰਾਂ ਦੀ ਇਹ ਗਿਰੀ ਹੋਈ ਹਰਕਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਨ੍ਹਾਂ ਨੇ ਕਿ ਗਲੀ ਦੇ ਵਿੱਚ ਸੀਵਰੇਜ ਦਾ ਲੋਹੇ ਦਾ ਢੱਕਣ ਹੀ ਗਾਇਬ ਕਰ ਦਿੱਤਾ ਹੈ। ਪਰ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਚੋਰ ਆਉਂਦੇ ਦਿਖਾਈ ਦੇ ਰਹੇ ਨੇ ਤੇ ਆਉਂਦੇ ਸਾਰ ਹੀ ਇਹਨਾਂ ਦੇ ਵੱਲੋਂ ਜੋ ਸੀਵਰੇਜ ਦਾ ਢੱਕਣ ਹੈ ਲੋਹੇ ਦਾ, ਉਸ ਨੂੰ ਆਪਣੇ ਨਾਲ ਚੁੱਕ ਕੇ ਲੈ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤੇ ਮਾਮਲਾ ਇਹ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਅੱਗੇ ਮਹਿੰਗੇ ਮੁੱਲ ਦੇ ਸਮਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਉੱਥੇ ਹੁਣ ਚੋਰਾਂ ਨੇ ਸੀਵਰੇਜ ਦੇ ਢੱਕਣ ਵੀ ਹੁਣ ਨਹੀਂ ਛੱਡ ਰਹੇ। ਤਾਂ ਦੱਸ ਦਈਏ ਕਿ ਬਟਾਲਾ ਦੇ ਵਿੱਚ ਗਲੀ 'ਚ ਲੱਗਿਆ ਸੀਵਰੇਜ ਦਾ ਢੱਕਣ ਚੋਰੀ ਹੋਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਆ ਤਾਂ ਚੋਰਾਂ ਨੇ ਹੱਦ ਹੀ ਲਾ ਦਿੱਤੀ ਹੈ। ਦੱਸ ਦਈਏ ਕਿ ਚੋਰਾਂ ਦੀ ਇਹ ਗਿਰੀ ਹੋਈ ਹਰਕਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਨ੍ਹਾਂ ਨੇ ਕਿ ਗਲੀ ਦੇ ਵਿੱਚ ਸੀਵਰੇਜ ਦਾ ਲੋਹੇ ਦਾ ਢੱਕਣ ਹੀ ਗਾਇਬ ਕਰ ਦਿੱਤਾ ਹੈ। ਪਰ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਚੋਰ ਆਉਂਦੇ ਦਿਖਾਈ ਦੇ ਰਹੇ ਨੇ ਤੇ ਆਉਂਦੇ ਸਾਰ ਹੀ ਇਹਨਾਂ ਦੇ ਵੱਲੋਂ ਜੋ ਸੀਵਰੇਜ ਦਾ ਢੱਕਣ ਹੈ ਲੋਹੇ ਦਾ, ਉਸ ਨੂੰ ਆਪਣੇ ਨਾਲ ਚੁੱਕ ਕੇ ਲੈ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤੇ ਮਾਮਲਾ ਇਹ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਅੱਗੇ ਮਹਿੰਗੇ ਮੁੱਲ ਦੇ ਸਮਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਉੱਥੇ ਹੁਣ ਚੋਰਾਂ ਨੇ ਸੀਵਰੇਜ ਦੇ ਢੱਕਣ ਵੀ ਹੁਣ ਨਹੀਂ ਛੱਡ ਰਹੇ। ਤਾਂ ਦੱਸ ਦਈਏ ਕਿ ਬਟਾਲਾ ਦੇ ਵਿੱਚ ਗਲੀ 'ਚ ਲੱਗਿਆ ਸੀਵਰੇਜ ਦਾ ਢੱਕਣ ਚੋਰੀ ਹੋਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਆ ਤਾਂ ਚੋਰਾਂ ਨੇ ਹੱਦ ਹੀ ਲਾ ਦਿੱਤੀ ਹੈ। ਦੱਸ ਦਈਏ ਕਿ ਚੋਰਾਂ ਦੀ ਇਹ ਗਿਰੀ ਹੋਈ ਹਰਕਤ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਨ੍ਹਾਂ ਨੇ ਕਿ ਗਲੀ ਦੇ ਵਿੱਚ ਸੀਵਰੇਜ ਦਾ ਲੋਹੇ ਦਾ ਢੱਕਣ ਹੀ ਗਾਇਬ ਕਰ ਦਿੱਤਾ ਹੈ। ਪਰ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਲੀ ਦੇ ਵਿੱਚ ਦੋ ਚੋਰ ਆਉਂਦੇ ਦਿਖਾਈ ਦੇ ਰਹੇ ਨੇ ਤੇ ਆਉਂਦੇ ਸਾਰ ਹੀ ਇਹਨਾਂ ਦੇ ਵੱਲੋਂ ਜੋ ਸੀਵਰੇਜ ਦਾ ਢੱਕਣ ਹੈ ਲੋਹੇ ਦਾ, ਉਸ ਨੂੰ ਆਪਣੇ ਨਾਲ ਚੁੱਕ ਕੇ ਲੈ ਗਏ ਨੇ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤੇ ਮਾਮਲਾ ਇਹ ਬਟਾਲਾ ਤੋਂ ਸਾਹਮਣੇ ਆਇਆ, ਜਿੱਥੇ ਕਿ ਚੋਰਾਂ ਦੇ ਵੱਲੋਂ ਅੱਗੇ ਮਹਿੰਗੇ ਮੁੱਲ ਦੇ ਸਮਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ, ਉੱਥੇ ਹੁਣ ਚੋਰਾਂ ਨੇ ਸੀਵਰੇਜ ਦੇ ਢੱਕਣ ਵੀ ਹੁਣ ਨਹੀਂ ਛੱਡ ਰਹੇ। ਤਾਂ ਦੱਸ ਦਈਏ ਕਿ ਬਟਾਲਾ ਦੇ ਵਿੱਚ ਗਲੀ 'ਚ ਲੱਗਿਆ ਸੀਵਰੇਜ ਦਾ ਢੱਕਣ ਚੋਰੀ ਹੋਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ।